ਸੋ ਵੈਲਕਮ ਬੈਕ ਗਾਈਸ, ਕੀ ਹਾਲ ਚਾਲ, ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ। ਦ ਲੈਜੈਂਡ ਆਫ ਮੌਲਾ ਜੱਟ ਓਫੀਸ਼ੀਅਲ ਟ੍ਰੇਲਰ ਆ ਚੁੱਕਿਆ ਜੀ, ਆਜੋ ਦੇਖੀਏ। ਕਹਿੰਦੇ ਆ ਕਿ ਪਾਕਿਸਤਾਨ ਵਾਲਿਆਂ ਨੇ ਕਾਫੀ ਤਗੜਾ ਇਨੀਸ਼ੀਏਟਿਵ ਚੱਕਿਆ ਆ ਪੰਜਾਬੀ ਲੈਂਗੁਏਜ ਨੂੰ ਉੱਪਰ ਲੈ ਕੇ ਜਾਣ ਦਾ, ਖਾਸੀ ਤਗੜੀ ਕਹਿੰਦੇ ਫਿਲਮ ਬਣਾਈ ਗਈ ਆ, ਆਜੋ ਦੇਖੀਏ। ਇਹ ਨਹੀਂ ਸੀ ਪਤਾ ਕਿ ਇਸ ਕਹਾਣੀ ਦਾ ਅੰਜਾਮ ਇਹ ਹੋਵੇਗਾ। ਇਹ ਨਹੀਂ ਸੀ ਪਤਾ ਕਿ ਮੈਂ ਪੁੱਤਰ ਨਹੀਂ ਪੂਰੇ ਪਿੰਡ ਦੀ ਮੌਤ ਲੈ ਕੇ ਆਈ ਆ। ਜੈ ਪੱਕ ਨੱਤਾਂ ਦੀ ਰਵਾਇਤ ਦੇ ਮੁਤਾਬਿਕ ਕਿਸੇ ਜਵਾਨ ਤੇ ਅੱਥਰੇ ਨੱਤ ਦੇ ਸਿਰ ਤੇ ਰੱਖ ਦਿੱਤੀ ਜਾਏ ਤੇ ਜਾ ਕੇ ਨੂਰੀ ਨੂੰ ਕੈਦ ਖਾਨੇ ਚੋਂ ਬਾਹਰ ਲਿਆ। ਜਿਵੇਂ ਇੱਕ ਬੇਲੇ ਚ ਦੋ ਸ਼ੇਰ ਨਹੀਂ ਰਹਿ ਸਕਦੇ, ਇੱਕ ਜਾਗੀਰ ਚ ਦੋ ਬੱਬਰ ਸ਼ੇਰ ਨਹੀਂ ਰਹਿ ਸਕਦੇ। ਉਹ ਕੋਈ ਆਮ ਬੰਦਾ ਨਹੀਂ, ਸਰਦਾਰ ਜੱਟ ਦਾ ਪੁੱਤਰ ਮੌਲਾ ਜੱਟ ਹੈ। ਨਾਈਸ। ਇਹ ਮੌਲਾ ਜੱਟ ਕੀ ਕੋਈ ਮਿਥੋਲੋਜੀਕਲ ਕੋਈ ਪੁਰਾਣਾ ਕਰੈਕਟਰ ਹੈ ਜਾਂ ਇਹ ਸੱਚੀ ਕਹਾਣੀ ਹੈ, ਕਿਵੇਂ ਹੈ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ, ਠੀਕ ਹੈ। ਅਤੇ ਆ ਵੀ ਯਾਰ ਐਕਟਰ ਤਗੜਾ ਆ ਬੰਦਾ, ਮਤਲਬ ਬਹੁਤ ਸੋਹਣੇ ਐਕਟਰ ਲਏ ਨੇ ਇਹਨਾਂ ਨੇ ਫਿਲਮ 'ਚ। ਇਹ ਸਭ ਨੂੰ ਦੇਖਿਆ ਹੋਇਆ ਯਾਰ ਅਸੀਂ ਬੜੇ ਵਧੀਆ ਤਰੀਕੇ ਨਾਲ। ਮਹਿਰਾ ਖਾਨ ਕਿਆ ਬਾਤ ਹੈ, ਹੁਮਾਇਮਾ ਮਲਿਕ, ਮਿਰਜ਼ਾ ਗੌਹਰ ਰਸ਼ੀਦ, ਬਿਲਾਲ ਲਸ਼ਰੀ ਦੀ ਡਾਇਰੈਕਟਰ ਫਿਲਮ ਆ ਇਹ, ਤੇ ਐਕਚੁਅਲ ਚ ਕਾਫੀ ਤਗੜਾ ਪ੍ਰੋਜੈਕਟ ਲਾਇਆ। ਪਹਿਲੀ ਵਾਰੀ ਨੱਤ ਦੇ ਸਾਹਮਣੇ ਇੱਕ ਸ਼ੇਰ ਆਇਆ ਹੈ, ਤੂੰ ਚੰਗੀ ਤਰ੍ਹਾਂ ਜਾ। ਉਹਨਾਂ ਦਾ ਬੋਲਣ ਦਾ ਤਰੀਕਾ ਕਿੰਨਾ ਵਧੀਆ ਯਾਰ, ਕਿ ਮਤਲਬ ਪਹਿਲੀ ਵਾਰ ਨੱਤ ਦੇ ਮੂਹਰੇ ਇੱਕ ਸ਼ੇਰ ਆਇਆ ਹੈ। ਨੇ ਤੂੰ ਕਿਹਦੇ ਨਾਲ ਪੰਗਾ ਲਿੱਤਾ, ਇਹ ਤੇਰੇ ਮੌਤ ਦੇ ਕੁਏ ਵਾਲੇ ਪਹਿਲਵਾਨ ਨਹੀਂ। ਮੌਲਾ ਮਰਨ ਤੂੰ ਚੱਲਿਆ ਕੋਈ, ਓਏ ਇਸ ਮੈਦਾਨ ਦਾ ਫੈਸਲਾ ਤੇ ਹੁਣ ਮੌਲਾ ਹੀ ਕਰ ਸਕਦਾ। ਸਫ਼ਰ 'ਤੇ ਮੈਂ ਜਾਣ ਲੱਗਾ ਵਾਂ, ਤੇਰੇ ਤੋਂ ਇੰਨਾ ਦੂਰ ਹੋ ਜਾਵਾਂਗਾ ਜਿੰਨੇ ਤੇਰੇ ਤੋਂ ਇਹ ਤਾਰੇ ਦੂਰ ਨੇ। ਯਾਰ ਇਹਨਾਂ ਦੀ ਤਾਂ ਪੰਜਾਬੀ ਬੜੀ ਸੋਹਣੀ ਲੱਗਦੀ, ਮੈਂ ਤਾਂ ਹੈਰਾਨ ਹੁੰਦਾ ਕਿ ਹਿੰਦੀ 'ਚ ਵੀ ਉਹ ਬਣਾਉਂਦੇ ਕਿਉਂ ਨੇ, ਹਿੰਦੀ ਉਰਦੂ ਜੋ ਵੀ ਸਾਖਤਾ ਹੁੰਦਾ ਇਹਨਾਂ ਦਾ। ਸਰਦਾਰੀ ਦੀ ਪੱਗ ਸਿਰਫ ਉਹਦੇ ਸਿਰ ਦੇ ਆ ਸਕਦੀ ਹੈ ਜਿਹਦੇ ਨਾਂ ਦੀ ਦਹਿਸ਼ਤ ਤੋਂ ਹਰ ਦੁਸ਼ਮਣ ਦੀ ਔਰਤ ਬਾਂਝ ਹੋ ਜਾਵੇ, ਤੇ ਉਹ ਇਸ ਪੰਜਾਬ 'ਚ ਕੀ ਹੈ। ਮੈਂ ਤੇਰੇ ਕਿੱਟੇ ਤੋਂ ਲੈ ਕੇ ਗਾਟੇ ਤੱਕ ਇੰਨੇ ਟੁੱਟੇ ਕਰਾਂਗਾ ਕਿ ਕਬਰ ਤੱਕ ਪਹੁੰਚਦੇ ਤੈਨੂੰ ਆਪਣੀ ਮਾਂ ਦੀ ਇੱਕੋ ਆਵਾਜ਼ ਆਏਗੀ। ਮੈਦਾਨ ਜਿੱਤ ਸਿਰ ਚੁਕਾ, ਮਾਫੀ ਮੰਗਣ ਵਾਲੀ ਦੀ ਨਹੀਂ, ਸਿਰ ਉਠਾ ਕੇ ਕੱਜਣ ਵਾਲੀ ਦੀ ਹੁੰਦੀ ਹੈ। ਕੁੰਡ 'ਚ ਤੇਰੀ ਜਿੱਤ, ਮੈਂ ਆਪਣੀ ਇੱਜ਼ਤ ਤੇ ਆਪਣੀ ਜ਼ਿੰਦਗੀ ਲਾ ਰਹੇ ਨੇ ਮੌਲੇ। ਮਤਲਬ ਪਾਕਿਸਤਾਨੀ ਫਿਲਮਸ ਆਰ ਸੋ ਇਵੋਲਵਿੰਗ, ਮਤਲਬ ਇੱਕ ਵਾਰੀ ਬੋਲੀਵੁੱਡ ਨੂੰ ਨਾ ਕਬਜ਼ ਹੋ ਗਈ ਹੋਣੀ ਆ ਟ੍ਰੇਲਰ ਦੇਖ ਕੇ, ਕਿ ਇਹ ਕੀ ਕਰਤਾ ਇਹਨਾਂ ਨੇ, ਇਹ ਕਿਵੇਂ ਕਰਤਾ ਇਹਨਾਂ ਨੇ, ਇਹਨਾਂ ਕੋਲ ਇੰਨਾ ਬਜਟ ਕਿਵੇਂ ਆ ਗਿਆ, ਇਹਨਾਂ ਕੋਲ ਇੰਨੀ ਵੱਡੀ ਆਡੀਅੰਸ ਹੈ, ਇਹ ਫਿਲਮ ਪੂਰੀ ਦੁਨੀਆ 'ਚ ਵਧੀਆ ਤਰੀਕੇ ਨਾਲ ਚੱਲਣੀ ਚਾਹੀਦੀ ਆ। ਸੀਰੀਅਸਲੀ ਕਹਿ ਰਿਹਾ ਵਾਂ, ਠੀਕ ਹੈ, ਮਜ਼ਾ ਆ ਜਾਏਗਾ, ਮਜ਼ਾ ਆ ਜਾਏਗਾ। ਸਾਈਕਲੋਮੀਡੀਆ ਮੰਡੀ ਵਾਲਾ, ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ ਯਾਰ। ਮਤਲਬ ਪੰਜਾਬ 'ਚ ਕੀ ਹੋ ਰਿਹਾ ਯਾਰ, ਪੰਜਾਬ 'ਚ ਕਿਸੇ ਦਾ ਵਿਆਹ ਹੋ ਜਾਂਦਾ, ਕਿਸੇ ਦਾ ਜਵਾਕ ਵਿਆਹ ਤੋਂ ਪਹਿਲਾਂ ਹੋ ਜਾਂਦਾ, ਕਿਸੇ ਦਾ ਜਵਾਕ ਵਿਆਹ ਤੋਂ ਬਾਅਦ ਹੁੰਦਾ, ਕਿਸੇ ਦੇ ਜਵਾਕ ਹੋਣ ਨਹੀਂ ਡਿਆ ਹੁੰਦਾ।
ਆਹੀ ਸਭ ਕੁਝ ਨਹੀਂ ਚੱਲ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ, ਕਿਉਂ ਵਿਆਹ ਕੋਈ ਕਿਸੇ ਹੋਰ ਨਾਲ ਵਿਆਹ ਕਰਾਉਣ ਜਾਂਦੀ ਹੁੰਦੀ, ਫਿਰ ਉਹ ਕਹਿੰਦਾ ਚਲੋ ਮੈਂ ਤੇਰੀ ਸਹੇਲੀ ਨਾਲ ਵਿਆਹ ਕਰਾ ਦਵਾਂ। ਯਾਰ ਐਸਾ ਕੁਛ ਬਣਾ ਲਓ, ਕੁਛ ਇਤਿਹਾਸ ਉੱਤੇ ਜੜ ਲਓ ਯਾਰ, ਮਾੜਾ ਮੋਟਾ ਹਿਸਟਰੀ 'ਚ ਨਾਮ ਰੱਖ ਲਓ ਪੰਜਾਬੀ ਇੰਡਸਟਰੀ ਵਾਲਿਓ। ਸਵਾਲ ਲਿਆ ਤਾ ਯਾਰ ਫਿਲਮ ਬਣਾ ਕੇ, ਕਿਆ ਬੰਬ ਫਿਲਮ ਆਇਆ ਯਾਰ। ਮੈਨੂੰ ਵੀ ਐਫ ਐਕਸ ਉਹਨਾਂ ਦੇ ਇੰਨੇ ਰਿਅਲਿਸਟਿਕ ਲੱਗੇ, ਠੀਕ ਹੈ ਸੋਰੀ ਟੂ ਸੇ, ਕੇ ਜੀ ਐਫ ਦਾ ਮਹਿਲ ਵੀ ਇਹਨਾਂ ਨਾਲੋਂ ਜ਼ਿਆਦਾ ਨਕਲੀ ਲੱਗ ਰਿਹਾ ਸੀਗਾ, ਠੀਕ ਹੈ। ਤਾਂ ਬਹੁਤ ਘੈਂਟ ਕੰਮ ਕੀਤਾ, ਬਹੁਤ ਰਿਅਲਿਸਟਿਕ ਚੀਜ਼ ਬਣਾਈ ਗਈ ਹੈ ਉਹਨਾਂ ਵੱਲੋਂ, ਮਜ਼ਾ ਆ ਗਿਆ ਦੇਖ ਕੇ। ਅਤੇ ਇਹ ਜ਼ਰੂਰ ਦੱਸ ਦਿਓ ਬਸ ਕਿ ਹਾਂ ਮੌਲਾ ਜੱਟ ਵਾਲੀ ਜਿਹੜੀ ਕਹਾਣੀ ਦੱਸੀ ਉਹ ਸੱਚੀ ਕਹਾਣੀ ਹੈ ਜਾਂ ਇੱਕ ਮੈਥੋਲੋਜੀਕਲ ਸਟੋਰੀ ਹੈ ਬਸ, ਠੀਕ ਹੈ ਦੈਟਸ ਆਲ। ਬਾਕੀ ਮਿਲਦੇ ਛੇਤੀ ਨਵੀਂ ਰਿਐਕਸ਼ਨ ਨਾਲ, ਸਤਿ ਸ਼੍ਰੀ ਅਕਾਲ। ਅਤੇ ਕਿੱਚ ਕੇ ਰੱਖੋ ਬਾਕਸ ਦੇ ਨਾਲ, ਸਾਰਾ ਲਾਈਵ ਪਈ ਆ ਯਾਰ।